ਹਾਂਜੀ ਗਾਇਸ ਅੱਜ ਆਪਾਂ ਕਰਨ ਲੱਗੇ ਆ ਸਿਕਸਥ ਕਿਊ ਕਾਰਡ ਡਿਸਕਸ ਗਾਇਸ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ 5 ਕਿਊ ਕਾਰਡਸ ਆਲਰੇਡੀ ਅਪਲੋਡਡ ਹੈ ਔਨ ਮਾਈ YouTube ਚੈਨਲ ਐਂਡ ਦਾ ਪਲੇਲਿਸਟ ਇਜ਼ ਰੈਡੀ ਐਂਡ ਵਨ ਮੋਰ ਥਿੰਗ ਅਗਰ ਤੁਸੀਂ ਸਿੰਗਲ ਮੋਡਿਊਲ ਦੀ ਕੋਚਿੰਗ ਲੈਣਾ ਚਾਹੁੰਦੇ ਹੋ ਫਰੋਮ ਮੀ ਰੀਡਿੰਗ ਦੇ ਵਿੱਚ ਤੁਹਾਡੇ ਬੈਂਡ ਸਕੋਰ ਨਹੀਂ ਆ ਰਹੇ then guys ਤੁਸੀਂ ਸਿੰਗਲ ਮੋਡਿਊਲ ਦੀ ਕੋਚਿੰਗ ਸਟਾਰਟ ਕਰ ਸਕਦੇ ਹੋ ਮੇਰੇ ਕੋਲੋਂ ਠੀਕ ਹੈ ਸਿੱਧਾ ਆਪਣਾ ਕਯੂ ਕਾਰਡ ਕੀ ਹੈਗਾ ਵੈ ਉਹ ਵਾਲੀ ਫੋਟੋ ਜਿਹਦੇ ਉੱਤੇ ਤੁਸੀਂ ਮਾਨ ਮਹਿਸੂਸ ਕਰਦੇ ਹੋ ਫਰਸਟ ਕੁਐਸਚਨ ਹੈਗਾ ਵੈ ਵੈਨ ਡਿਡ ਯੂ ਟੇਕ ਤੁਸੀਂ ਇਹ ਫੋਟੋ ਕਦੋਂ ਕਲਿੱਕ ਕੀਤੀ ਵਟ ਉਹ ਫੋਟੋ ਕਿਸ ਉਹ ਫੋਟੋ ਕਿਸ ਦੇ ਬਾਰੇ ਹੈ ਐਂਡ ਵਾਈ ਤੇ ਤੁਸੀਂ ਉਸ ਫੋਟੋ ਦੇ ਬਾਰੇ ਕਿਉਂ ਇੰਨਾ ਮਾਨ ਮਹਿਸੂਸ ਕਰਦੇ ਹੋ ਆਪਾਂ ਸਭ ਤੋਂ ਪਹਿਲਾਂ ਕਰਾਂਗੇ ਇੰਟਰੋ ਬਟ ਅਗਰ ਗਾਇਸ ਤੁਸੀਂ ਕਿਉ ਕੱਟ ਲੈਣਾ ਚਾਹੁੰਦੇ ਹੋ ਇਨ੍ਹਾਂ ਪੀਡੀਐਫਸ ਦਾ ਲਾਈਕ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਵਾਂ ਇੰਟਰੋ ਦੀ ਸਟਾਰਟਿੰਗ ਤੋਂ ਪਹਿਲਾਂ 4 ਔਰ 5 ਕਿਊ ਕਾਰਡ ਆਲਰੇਡੀ ਅਪਲੋਡਡ ਹੈ on Vikram channel aisles with sofia ਅਗਰ ਤੁਸੀਂ ਫਰਸਟ 3 ਕਿਊ ਕਾਰਡ ਦਾ ਪੀਡੀਐਫ ਲੈਣਾ ਚਾਹੁੰਦੇ ਹੋ ਔਰ ਜਿਹੜੇ ਨੈਕਸਟ ਕਿਊ ਕਾਰਡ ਮੈਂ ਅਪਲੋਡ ਕਰਨੇ ਆ ਲਾਈਕ ਅੱਜ 6 ਕੱਲ 7 8 ਜਿਹੜੇ ਵੀ ਕਿਊ ਕਾਰਡ ਮੈਂ ਹੁਣ ਅਪਲੋਡ ਕਰਨੇ ਆ ਅਗਰ ਤੁਸੀਂ ਪੀਡੀਐਫ ਲੈਣਾ ਚਾਹੁੰਦੇ ਹੋ then guys ਇੱਕ ਨੰਬਰ ਮੈਂ ਸ਼ੋ ਕਰ ਰਹੀ ਹਾਂ ਤੁਸੀਂ ਇਸ ਨੰਬਰ ਤੇ ਉੱਤੇ ਮੈਨੂੰ Google Pay ਕਰ ਸਕਦੇ ਹੋ Paytm ਜਾਂ PhonePe ਕੁਝ ਵੀ ਬਿਕੋਜ਼ ਗਾਇਸ ਹਰ ਇੱਕ ਚੀਜ਼ ਤੇ ਬਹੁਤ ਜ਼ਿਆਦਾ ਹਾਰਡਵਰਕ ਲੱਗਦਾ ਵੈ ਬਟ ਪੇਮੈਂਟ ਤੁਸੀਂ ਕਿੰਨੀ ਕਰਨੀ ਹੈ ਜਸਟ 5 ਰੁਪੀਸ ਜਸਟ 5 ਰੁਪੀਸ ਕਰਨੀ ਹੈ ਸਕਰੀਨਸ਼ਾਟ ਮੈਨੂੰ ਸੈਂਡ ਕਰਕੇ ਤੁਹਾਨੂੰ ਇੱਕ ਕਯੂ ਕਾਰਡ ਦਾ ਪੀਡੀਐਫ ਮਿਲ ਜਾਏਗਾ ਠੀਕ ਹੈ ਨੂੰ ਗਲਤ ਨਾ ਸਮਝਣਾ ਕਿਉਂਕਿ ਹਰ ਇੱਕ ਚੀਜ਼ ਤੇ ਤੁਹਾਨੂੰ ਪਤਾ ਹੈ ਹਾਰਡਵਰਕ ਲੱਗਦਾ ਵੈ ਸਕੈਚੇਸ ਤੇ ਹਾਰਡਵਰਕ ਲੱਗਦਾ ਵੈ ਰਾਈਟਿੰਗ ਤੇ ਹਾਰਡਵਰਕ ਲੱਗਦਾ ਇੰਨਾ ਜ਼ਿਆਦਾ ਟਾਈਮ ਲੱਗਦਾ ਵੈ ਠੀਕ ਹੈ ਵੀਡੀਓ ਬਣਾਉਣ ਤੇ ਇੰਨਾ ਟਾਈਮ ਲੱਗਦਾ ਵੈ ਇੰਨਾ ਹਾਰਡਵਰਕ ਲੱਗਦਾ ਵੈ ਸੋ ਗਾਇਸ ਇੰਨਾ ਕੌਂਟਰੀਬਿਊਟ ਤੁਹਾਨੂੰ ਵੀ ਕਰਨਾ ਚਾਹੀਦਾ ਵੈ ਮੇਰੇ ਨਾਲ ਠੀਕ ਹੈ ਅਗਰ ਤੁਹਾਨੂੰ ਬੈਸਟ ਮਟੀਰੀਅਲ ਮਿਲ ਰਿਹਾ ਵੈ ਮੇਰੇ YouTube ਚੈਨਲ ਦੇ ਉੱਤੇ then ਪਲੀਜ਼ ਕੌਂਟਰੀਬਿਊਟ ਵਿਦ ਮੀ ਗਾਇਸ ਇੰਟਰੋ ਹੈਗੀ ਆਪਣੀ ਇਨ ਥਿਸ ਮਾਡਰਨ ਈਰਾ ਪੀਪਲ ਹੈਵ ਥਿਸ ਅਨਕੈਨ ਨੈਕ ਅ ਫੋਰ ਕਲਿਕਿੰਗ ਫੋਟੋਸ ਵੇਅਰ ਆਵਰ ਦੇ ਗੋ ਮਤਲਬ ਕਿ ਲੋਕਾਂ ਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਆਪਣੇ ਫੋਟੋਸ ਕਲਿੱਕ ਕਰਨ ਦਾ ਜਿੱਥੇ ਵੀ ਉਹ ਜਾਂਦੇ ਆ ਜਿਹੜੀ ਮੈਂ ਬਾਕਸ ਬਣਾਇਆ ਹੋਇਆ ਹੈ ਇਹ ਸਾਰੀ ਤੁਹਾਡੀ ਵਕੈਬ ਹੈ ਆਲਦੋ ਆਈ ਹੈਵ ਨਿਊਮਰਸ ਕਹਿੰਦੇ ਬਾਵੇਂ ਮੈਂ ਬਹੁਤ ਸਾਰੀਆਂ ਫੋਟੋਸ ਕਲਿੱਕ ਕੀਤੀਆਂ ਹੋਈਆਂ ਨੇ ਮੇਰੇ ਕੋਲ ਕਲੈਕਸ਼ਨ ਦੇ ਵਿੱਚ ਬਹੁਤ ਸਾਰੀਆਂ ਫੋਟੋਸ ਹੈ ਮਾਈਨ ਮੈਂ ਯੂਜ਼ ਕੀਤਾ ਇੱਕ ਪ੍ਰੈਪੋਜੀਸ਼ਨ ਹੈ ਆਲਦੋ ਤੁਹਾਡਾ ਕੰਪਲੈਕਸ ਹੈ ਮਾਈਨ ਤੁਹਾਡੀ ਪ੍ਰੈਪੋਜੀਸ਼ਨ ਹੈ ਵਨ ਆਫ ਥੈਮ ਬਟ ਉਹਨਾਂ ਦੇ ਵਿੱਚੋਂ ਇੱਕ ਮੇਰੀ ਸਪੈਸ਼ਲ ਫੋਟੋ ਹੈ ਜਿਹੜੀ ਬਹੁਤ ਜ਼ਿਆਦਾ ਮੇਰੇ ਲਈ ਵਰਥੀ ਹੈ ਬਹੁਤ ਜ਼ਿਆਦਾ ਕੀਮਤੀ ਹੈ ਅੱਜ ਉਸ ਦੇ ਬਾਰੇ ਮੈਂ ਤੁਹਾਡਾ ਗੱਲ ਕਰਾਂਗਾ ਡਿਡ ਯੂ ਟੇਕ ਦਿਸ ਫੋਟੋ ਤੁਸੀਂ ਇਹ ਫੋਟੋ ਕਦੋਂ ਲਿੱਤੀ ਐਕਚੁਅਲੀ ਮਾਈ ਬ੍ਰਦਰ ਕਲਿਕਡ ਦਿਸ ਫੋਟੋ ਇਹ ਤਾਂ ਫੋਟੋ ਮੇਰੇ ਬ੍ਰਦਰ ਨੇ ਕਲਿਕ ਕੀਤੀ ਹੈ ਔਨ ਦ ਰਿਜ਼ਲਟ ਡੇ ਵੈਨ ਰਿਜ਼ਲਟ ਵਾਲੇ ਦਿਨ ਵੈਨ ਆਈ ਵੈਨ ਆਈ ਵਾਸ ਇਨ ਦ 10th ਕਲਾਸ ਐਗਜ਼ਾਮੀਨੇਸ਼ਨ ਜਦੋਂ ਮੈਂ 10th ਕਲਾਸ ਸੀ ਉਦੋਂ ਮੇਰੀ ਕਲਿਕ ਕੀਤੀ ਸੀ ਫੋਟੋ ਵਾਟ ਇਜ਼ ਅ ਫੋਟੋ ਅਬਾਊਟ ਉਹ ਫੋਟੋ ਕਿਸ ਦੇ ਬਾਰੇ ਹੈ ਇਫ ਆਈ ਸਪੀਕ ਟਰੂਥ ਕਹਿੰਦੇ ਅਗਰ ਮੈਂ ਸੱਚ ਬੋਲਾਂ ਇਹ ਇੱਕ ਫਰੇਜ਼ ਹੈ ਆਈ ਵਿਲ ਸੇ ਦੈਨ ਮੈਂ ਤੁਹਾਨੂੰ ਕਹਾਂਗਾ ਥੈਟ ਆਈ ਗਾਟ ਫਰਸਟ ਪੋਜੀਸ਼ਨ ਇਨ 10th ਸਟੈਂਡਰਡ ਵਿਦ 96% ਵੈਨ ਮਾਈ ਪ੍ਰਿੰਸੀਪਲ ਟੀਚਰ ਰਿਵਾਰਡਡ ਜਦੋਂ ਮੇਰੇ ਪ੍ਰਿੰਸੀਪਲ ਟੀਚਰ ਨੇ ਮੈਨੂੰ ਰਿਵਾਰਡ ਦਿੱਤਾ ਐਟ ਦੈਟ ਟਾਈਮ ਮਾਈ ਬ੍ਰਦਰ ਕਲਿਕ ਮਾਈ ਫੋਟੋ ਵਿਦ ਥੈਮ ਮੇਰੇ ਬ੍ਰਦਰ ਨੇ ਫੋਟੋ ਕਲਿਕ ਕਰ ਦਿੱਤੀ ਇਨ ਵਿਚ ਮਾਈ ਪ੍ਰਿੰਸੀਪਲ ਮੈਮ ਐਸ ਵੈਲ ਐਸ ਮਾਈ ਕਲਾਸ ਟੀਚਰ ਸਟੂਡ ਵਿਦ ਮੀ ਫੋਰ ਅਪਰੀਸ਼ੀਏਟਡ ਜਿਸ ਦੇ ਵਿੱਚ ਮੇਰੇ ਕਲਾਸ ਟੀਚਰ ਤੇ ਮੇਰੇ ਪ੍ਰਿੰਸੀਪਲ ਮੈਮ ਮੇਰੇ ਨਾਲ ਖੜੇ ਜੋ ਵੀ ਮੈਨੂੰ ਅਪਰੀਸ਼ੀਏਟ ਕਰਨ ਦੇ ਲਈ ਕਿਉ ਕਾਡ ਦੇ ਪੀਡੀਐਫ ਦੇ ਲਈ ਤੁਸੀਂ ਮੈਨੂੰ 5 ਰੁਪਏ ਸੈਂਡ ਕਰੋਗੇ ਤੁਸੀਂ ਮੈਨੂੰ 5 ਰੁਪਏ ਦਾ ਸਕਰੀਨਸ਼ਾਟ ਸੈਂਡ ਕਰ ਦਿੱਤਾ ਦੈਨ ਤੁਸੀਂ ਜਿਹੜਾ ਵੀ ਕਿਉ ਕਾਡ ਦਾ ਪੀਡੀਐਫ ਲੈਣਾ ਚਾਹੁੰਦੇ ਹੋ ਲਾਈਕ ਫਰਸਟ ਦਾ ਸੈਕਿੰਡ ਦਾ ਥਰਡ ਦਾ ਨਾਲ ਨਾਮ ਮੈਂਸ਼ਨ ਕਰ ਦਿਓ ਕਿ ਆ ਮੇਰਾ ਸਕਰੀਨਸ਼ਾਟ ਹੈ ਮੈਨੂੰ ਇਸ ਕਿਉ ਕਾਡ ਦਾ ਪੀਡੀਐਫ ਪ੍ਰੋਵਾਈਡ ਕੀਤਾ ਜਾਵੇ ਠੀਕ ਹੈ ਉਹ نیچے ਲਿਖ ਕੇ ਦੇ ਦਿਓ ਜੀ ਆਯੂ ਫੀਲ ਪ੍ਰਾਊਡ ਆਫ ਦੀ ਫੋਟੋਸ ਤੁਸੀਂ ਫੀਲ ਕਿਉਂ ਪ੍ਰਾਊਡ ਕਰਦੇ ਹੋ ਉਹਨਾਂ ਫੋਟੋਜ਼ ਦੇ ਉੱਤੇ ਆਈ ਫੀਲ ਪ੍ਰਾਊਡ ਆਫ ਥਿਸ ਫੋਟੋਸ ਬਿਕੋਜ਼ ਇਟ ਮੇਕਸ ਮੀ ਰੈਲਾਈਜ਼ ઓਰ ਮੇਨ ਰੈਲਾਈਜ਼ ਕਰਾਂਦੇ ਥੈਟ ਵਟ ਏਵਰ ਕਿਦਾਂ ਹਿਊਮਨ ਮਾਈਂਡ ਕੈਨ ਕਨਸੀਵ ਐਂਡ ਬਲੀਵ ਕੈਨ ਅਚੀਵ ਹਿਊਮਨ ਮਾਈਂਡ एवरीथिंग ਕੈਨ ਅਚੀਵ I oh think that they can do टुडे मैं टुडे व्हेन माय फैमिली मेंबर्स आज जदों मेरे फैमिली मेंबर्स उन फोटोज नु देखदे हैं देन दे ओ वी प्राउड फील करदे हैं एदा मैं सिननिम ਵਰਤਿਆ ਵੈ ਦੇ ਪ੍ਰਾਊਡ ਐਜ਼ ਅ ਪੀਕਾਕ ਟੂ ਹਰ ਡਾਟਰ ਮਤਲਬ ਮੇਰੇ ਉੱਤੇ ਠੀਕ ਹੈ ਹੁਣ ਆਪਾਂ ਕਰੀਏ ਫਾਲੋਅ ਅਪਸ ਗਾਇਸ ਅੱਜ ਦਾ ਕਿਊ ਕਾਰਡ ਵਧਿਆ ਲੱਗਿਆ ਹੋਵੇ ਆਈਡੀਆ ਚੈਨਲ ਨੂੰ ਸ਼ੇਅਰ ਕਰਨ ਦੇ ਵਿੱਚ ਕੋਈ ਕੰਜੂਸੀ ਨਹੀਂ ਕਰਨੀ ਆਇਲਸ ਵਿਦ ਸੋਫੀਆ ਦੇ ਚੈਨਲ ਨੂੰ 올ਓਵਰ ਦੀ ਗਲੋਬ ਦੇ ਵਿੱਚ ਸਪਰੈਡ ਕਰ ਦਿਓ ਹਾਂਜੀ ਗਾਇਸ ਤੁਹਾਡਾ ਫਰਸਟ ਫਾਲੋਅ ਅਪ ਹੈਗਾ ਵੈ ਵਾਈ ਡੂ ਸਮ ਪੀਪਲ ਲਾਈਕ ਟੂ ਯੂਜ਼ ਫੋਟੋਗ੍ਰਾਫਸ ਟੂ ਡਾਕੂਮੈਂਟ ਇੰਪੋਰਟੈਂਟ ਥਿੰਗਸ ਅੱਜਕੱਲ੍ਹ ਲੋਕ ਫੋਟੋਸ ਨੂੰ ਇਨਰ ਡਾਕੂਮੈਂਟ ਇੰਪੋਰਟੈਂਟ ਦੀ ਤਰ੍ਹਾਂ ਕਿਉਂ ਮਤਲਬ ਯੂਜ਼ ਕਰਦੇ ਆ ਅਕੋਰਡਿੰਗ ਟੂ ਮਾਈ ਪਰਸੈਪਸ਼ਨ ਮੇਰੇ ਅਕੋਰਡਿੰਗ ਤਾ ਪਰਸੈਪਸ਼ਨ ਮਤਲਬ ਓਪੀਨੀਅਨ ਵਿਊ ਫੋਟੋਸ ਕੀ ਹੁੰਦੇ ਆ ਬੈਸਟ ਵੇ ਹੁੰਦੇ ਆ ਟੂ ਕੀਪ ਮੈਮਰੀ ਠੀਕ ਹੈ ਯਾਦਾਂ ਨੂੰ ਰੱਖਣ ਦੇ ਲਈ ਫੋਟੋਸ ਇੱਕ ਬੈਸਟ ਵੇ ਹੈ ਵੈਨਵਰ ਪਰਸਨ ਲੁੱਕ देयर ਫੋਟੋਸ ਜਦੋਂ ਪਰਸਨ ਆਪਣੀਆਂ ਫੋਟੋਸ ਨੂੰ ਦੇਖਦਾ ਵੈ ਦੈਨ ਦੇ ਰਿਮੈਂਬਰ देयर 올ਡ ਮੂਮੈਂਟਸ ਫੋਰ ਐਗਜ਼ਾਮਪਲ ਵੈਨ ਆਈ ਸੀ ਮਾਈ ਥਿਸ ਫੋਟੋ ਟਾਕ ਕਿਉ ਕਾਟ ਨਹੀਂ ਬੋਲਣਾ ਤੁਸੀਂ ਅਰਲੀਅਰ ਟਾਪਿਕ ਬੋਲਣਾ ਠੀਕ ਹੈ ਵਿਚ ਆਈ ਮੈਂਸ਼ਨ ਇਨ ਅਰਲੀਅਰ ਟਾਪਿਕ ਆਈ ਫੀਲ ਟੂ ਪ੍ਰਾਊਡ ਆਲਸੋ ਓਵਰ ਦੀ ਮੂਨ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਹੈ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਵੈ ਸੈਕਿੰਡ ਫਾਲੋ ਅਪ ਵਾਟ ਕੈਨ ਵਨ ਲਰਨ ਫਰਮ ਫੋਟੋਗ੍ਰਾਫਸ ਟੇਕਨ ਥਰੂ ਆਊਟ ਹਿਸਟਰੀ ਅੱਜ ਕੱਲ ਫੋਟੋਗ੍ਰਾਫਸ హిస్టరీ ਤੋਂ ਕੀ ਸਿੱਖਿਆ ਜਾ ਸਕਦਾ ਵੈ ਫਰਸਟਲੀ ਜਿਹੜੇ ਇੰਡੀਵਿਜੂਅਲਸ ਹੁੰਦੇ ਆ ਉਹ ਸਿੱਖਦੇ ਆ ਫੇਲੀਅਰਸ ਐਂਡ ਸਕਸੈਸ ਦੇ ਬਾਰੇ ਫਰਮ ਦਾ ਫੋਟੋਸ ਆਫ 올ਡਰਸ ਜਿਹੜੀਆਂ ਮਤਲਬ ਆਪਣੇ ਪੁਰਾਣੇ ਲੋਕਾਂ ਦੀਆਂ ਫੋਟੋਸ ਨੂੰ ਲਾਈਕ ਦਾਦਾ ਜੀ ਦੀ ਦਾਦੀ ਦੀ ਠੀਕ ਹੈ ਨਾਨਾ ਨਾਨੀ ਦੀ ਪੁਰਾਣੀ ਫੋਟੋਸ ਤੋਂ ਤੁਸੀਂ ਕੀ ਸਿੱਖਦੇ ਹੋ ਫੇਲੀਅਰ ਦੇ ਬਾਰੇ ਸਕਸੈਸ ਦੇ ਬਾਰੇ ਸਿੱਖਦੇ ਹੋ ਫਰਮ ਫੋਟੋਸ ਆਫ 올ਡਰਸ ਠੀਕ ਹੈ ਸੈਕੰਡਲੀ ਦੇ ਕੈਨ ਐਂਟਰਟੇਨ ਥੈਮਸੈਲਵਸ ਉਹ ਐਂਟਰਟੇਨ ਆਪਣਾ ਕਰ ਸਕਦੇ ਆ ਬਾਈ ਸੀਇੰਗ ਫਨੀ funny photos also inspire apne aap nu inspire kar sakde ha from that in which person achieve jis de vich kuch person ne achieve kita hunda ve moreover the history of photos also showed pretty plus culture guys e tuhan da last question hai theek hai are photographs the best way to remember something tuhanu lagda hai ki photographs best way hai to remember theek hai i can say that absolutely yes mere according ta ha because so uh, from some photos people can easily remember the things look changi tarah yaad kar lende har ek cheez nu photos ton te apne mind de vich rakh lende and keep in their mind for example students easily grab kar lende topics from photos which is drawn jihian draw kitiyan giyan hundiyan hai books de utte so according to me this is not a bad idea to use photos for remember something ਹਾਂਜੀ ਗਾਇਜ਼ ਕਿਉ ਕੱਟ ਦਾ ਆਈਡੀਆ ਕਿਦਾਂ ਦਾ ਲੱਗਿਆ ਕਮੈਂਟ ਬੋਟਸ ਦੇ ਵਿੱਚ ਜਰੂਰ ਦੱਸਿਆ ਜੀ ਜੁਆਇਨ ਕਰ ਲਿਆ ਜੇ ਮੇਰਾ ਟੈਲੀਗ੍ਰਾਮ ਚੈਨਲ ਐਂਡ ਵਨ ਮੋਰ ਥਿੰਕ ਯੂ ਕੈਨ ਆਲਸੋ ਟੇਕ ਕੋਚਿੰਗ ਫਰਮ ਮੀ ਆਫ ਸਿੰਗਲ ਮੈਡਿਊਲ ਐਂਡ ਓਕੇ ਗਾਇਜ਼ ਗੋਡ ਬlesਸ ਯੂ ਬਟ ਡੋਨਟ ਫੋਰਗੇਟ ਟੂ ਸ਼ੇਅਰ ਥਿਸ ਚੈਨਲ